ਚੜ੍ਹਦੀ ਕਲਾ ਟਾਈਮ ਟੀਵੀ ਦੇ ਪੰਜਾਬ ਫੋਕਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਸੁਖਿੰਦਰ ਸਿੰਘ ਤੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਲੋਕ ਭਲਾਈ ਕਾਰਜਾਂ ਵਿੱਚ ਜੁਟੇ ਸਰਬੱਤ ਦਾ ਭਲਾ ਟਰੱਸਟ ਵੱਲੋਂ ਬੀਤੇ ਦਿਨੀ ਸ੍ਰੀਨਗਰ ਵਿਖੇ ਅੱਖਾਂ ਦੇ ਕੈਂਪ ਲਗਾਉਣ ਦੇ ਨਾਲ 5ਵੇਂ ਕੰਪਿਊਟਰ ਸੈਂਟਰ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਗੁਰਦੁਆਰਾ ਤਪਿਆਣਾ ਸਾਹਿਬ ਸ਼ਾਲਕੋਟ ਬਾਰਾਮੁੱਲਾ ਵਿਖੇ ਲਗਵਾਇਆ ਗਿਆ, ਜਿਸ ਦਾ ਉਦਘਾਟਨ ਡਾਕਟਰ ਜਸਪਾਲ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਕੀਤਾ ਗਿਆ। ਇਸ ਮੌਕੇ ਟਰੱਸਟ ਦੇ ਮੈਨੇਜਿੰਗ ਟਰੱਸਟੀ ਸਰਦਾਰ SP ਸਿੰਘ ਓਬਰਾਏ ਸਮੇਤ ਕਈ ਉੱਘੀਆਂ ਹਸਤੀਆਂ ਵੀ ਮੌਜੂਦ ਰਹੀਆਂ। ਬੀਤੇ ਦਿਨੀ ਸਰਦਾਰ SP ਸਿੰਘ ਓਬਰਾਏ ਮੈਨੇਜਿੰਗ ਟਰੱਸਟੀ ਸਰਬੱਤ ਦਾ ਭਲਾ ਟਰੱਸਟ ਦੇ ਵੱਲੋਂ ਗੁਰਦੁਆਰਾ ਤਪਿਆਣਾ ਸਾਹਿਬ ਸ਼ਾਲਕੋਟ ਬਾਰਾਮੁੱਲਾ ਦਾ ਦੌਰਾ ਕੀਤਾ ਗਿਆ, ਜਿੱਥੇ ਸ੍ਰੀਨਗਰ ਪਹੁੰਚਣ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਗੁਰਮੀਤ ਸਿੰਘ ਅਤੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਸਰਦਾਰ SP ਸਿੰਘ ਓਬਰਾਏ, ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਅਤੇ ਸਮੁੱਚੇ ਵਫਦ ਨੂੰ ਨਿੱਘਾ ਜੀ ਆਇਆਂ ਆਖਿਆ ਗਿਆ। ਜਿਸ ਤੋਂ ਬਾਅਦ ਗੁਰਦੁਆਰਾ ਤਪਿਆਣਾ ਸਾਹਿਬ ਸ਼ਾਲਕੋਟ ਵਿਖੇ ਸਮਾਗਮ ਦੇ ਦੌਰਾਨ ਸਰਦਾਰ SP ਸਿੰਘ ਓਬਰਾਏ ਅਤੇ ਹੋਰ ਉੱਘੀਆਂ ਸ਼ਖਸੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਅੱਖਾਂ ਦੇ ਆਪਰੇਸ਼ਨ ਦੇ ਜਿਹੜੇ ਆ ਉਹ ਕੈਂਪ ਪਹਿਲਾਂ ਸ਼ੁਰੂ ਕੀਤੇ ਗਏ, ਜਿਹੜਾ ਕਿ ਪਿਛਲੇ ਮਹੀਨੇ ਕੈਂਪ ਲੱਗ ਗਿਆ ਸੀ, ਜਿਹਦੇ 1300 ਬੰਦਿਆਂ ਦਾ ਜਿਹੜਾ OPD 'ਚ ਆਏ ਗਏ, ਉਹਨਾਂ 'ਚੋਂ ਤਕਰੀਬਨ 630 ਬੰਦਿਆਂ ਨੂੰ ਅੱਖਾਂ ਦੀਆਂ ਲੈਂਪਾਂ ਲਗਾਈਆਂ ਗਈਆਂ। 41 ਬੰਦੇ ਸੀ ਜਿਨ੍ਹਾਂ ਦੇ ਮੋਤੀਆਂ ਦੇ ਆਪਰੇਸ਼ਨ ਸੀ, ਮੋਤੀਆਂ ਦਾ ਆਪਰੇਸ਼ਨ ਕਰਕੇ ਫਿਰ ਲੈਂਸ ਬਣਾਏ ਗਏ। ਸੋ ਇਹ ਸਾਰਾ ਜਿਹੜਾ ਕੈਂਪ ਕੀਤਾ ਗਿਆ, ਉਸ ਤੋਂ ਬਾਅਦ ਡਿਸਾਈਡ ਕੀਤਾ ਕਿ ਹੁਣ ਹਰ ਮਹੀਨੇ ਇੱਕ ਕੈਂਪ ਲੱਗਿਆ ਕਰੇਗਾ। ਸੋ ਗੁਰਦੇਵ ਸਿੰਘ ਵੀ ਕੱਲ੍ਹ ਵੀ ਇੱਥੇ ਕੈਂਪ ਲੱਗ ਰਹੇ ਸਨ, ਅਤੇ ਹਰ ਮਹੀਨੇ ਦਾ ਇੱਕ ਕੈਂਪ ਹੈ। ਇਸੇ ਤਰ੍ਹਾਂ ਹੋਰ ਜਿਹੜੀਆਂ ਸਾਡੀਆਂ ਸਕੀਮਾਂ ਜਿਹੜੀਆਂ ਪੰਜਾਬ 'ਚ ਚੱਲ ਰਹੀਆਂ ਨੇ, ਜਿਸ ਤਰ੍ਹਾਂ ਕਿ ਵਿਡੋ ਪੈਨਸ਼ਨ ਸਕੀਮ ਹੋ ਗਈ, ਅਨਾਥ ਬੱਚਿਆਂ ਨੂੰ ਜਿਹੜੀ ਹੈਲਪ ਉਹ ਹੋ ਗਈ, ਸਕੂਲਾਂ ਨੂੰ ਹੈਲਪ ਹੋ ਗਈ, ਜਿਹੜੇ ਕਿ ਸਰਕਾਰੀ ਸਕੂਲ ਨੇ ਉਹਨਾਂ ਨੂੰ ਹੈਲਪ ਦੇ ਰਹੇ ਸੀ, ਸਿਲਾਈ ਮਸ਼ੀਨਾਂ ਦੇ ਤਰ੍ਹਾਂ ਇੱਥੇ ਸੈਂਟਰ ਖੋਲ੍ਹਣ ਦਾ ਕੀਤਾ ਅਸੀਂ, 10 ਸਿਲਾਈ ਸੈਂਟਰ, 10 ਕੰਪਿਊਟਰ ਸੈਂਟਰ, ਜਿੱਦਾਂ ਹਰ ਕੰਪਿਊਟਰ ਸੈਂਟਰ 'ਚ 6-6 ਕੰਪਿਊਟਰ ਦਿੱਤੇ ਗਏ ਨੇ, ਹਰ ਸਿਲਾਈ ਸੈਂਟਰ 10 ਮਸ਼ੀਨਾਂ। ਸੋ ਇਸ ਤਰ੍ਹਾਂ 10-10 ਸੈਂਟਰ ਖੋਲ੍ਹਣ ਦਾ ਅਸੀਂ ਨਿਰਣਾ ਕੀਤਾ, ਜਿਹਨਾਂ 'ਚੋਂ 6-6 ਸੈਂਟਰ ਖੁੱਲ੍ਹ ਚੁੱਕੇ ਨੇ ਆਲਰੇਡੀ, ਬਾਕੀ ਵੀ 1-2 ਮਹੀਨੇ ਸਾਰੇ ਖੋਲ੍ਹ ਦਿੱਤੇ ਜਾਣਗੇ। ਮੈਡੀਕਲ ਵਾਲੇ ਪਾਸੇ ਕਰਵਾਇਆ ਜਾਵੇ ਤਾਂ ਜਿਸ ਤਰ੍ਹਾਂ ਹੁਣੀ ਹੁਣੀ ਦੱਸ ਰਹੇ ਸੀ ਮੈਨੂੰ ਕਿ ਕਿਸੇ ਦੇ ਕਿਡਨੀ ਦੇ ਆਪਰੇਸ਼ਨ ਹੋ ਰਹੇ ਨੇ, ਕਿਸੇ ਦੇ ਕੋਈ ਚੂਲਾ ਟੁੱਟ ਗਿਆ ਜਾਂ ਕੈਂਸਰ ਦੇ ਪੇਸ਼ੈਂਟ ਨੇ, ਅਸੀਂ ਚਲੋ ਪੂਰਾ ਇਲਾਜ ਤਾਂ ਨਹੀਂ ਕਰਾ ਸਕਦੇ, ਲੇਕਿਨ ਸਾਡੇ ਇੰਟਰਸਟ ਨੇ ਕਿਉਂਕਿ ਹਜ਼ਾਰਾਂ ਲੋਕਾਂ ਦੀਆਂ ਐਪਲੀਕੇਸ਼ਨ ਸਾਡੇ ਕੋਲ ਆ ਰਹੀਆਂ ਨੇ, ਤਾਂ ਅਸੀਂ ਇੰਟਰਸਟ ਨੂੰ ਇੱਕ ਫਿਕਸ ਕੀਤਾ ਹੋਇਆ ਕਿ ਲੋੜ ਮੁਤਾਬਕ 10,000 ਤੋਂ ਲੈ ਕੇ 20,000 ਦਾ ਜਿਹੜਾ ਆਪਰੇਸ਼ਨ ਵਾਸਤੇ ਉਹ ਅਸੀਂ ਦਿੰਦੇ ਹਾਂ, ਬਾਕੀ ਪੈਸੇ ਕਿਧਰ ਕਿਧਰ ਲੋਕ ਇਕੱਠੇ ਕਰ ਲੈਂਦੇ ਨੇ। ਸੋ ਇਸ ਤਰ੍ਹਾਂ ਸਾਡੇ ਕੋਲ ਸਕੀਮਾਂ ਬਣੀਆਂ ਹੋਈਆਂ ਨੇ, ਜਿੱਦਾਂ ਗੁਰਦੇਵ ਸਿੰਘ ਵੱਲੋਂ ਸਾਰੀ ਲਿਸਟ ਪਈ ਹੋਈ ਹੈ, ਜਿੱਦਾਂ ਹੁਣ ਮੈਰਿਜਸ ਦੀ ਗੱਲ ਸੀ, ਪਿਛਲੇ ਮਹੀਨੇ ਅਸੀਂ ਜਦੋਂ ਆਏ ਪਿੰਡਾਂ 'ਚ ਗਏ ਹਾਂ ਅਤੇ ਲੋਕਾਂ ਨੂੰ ਪੁੱਛਿਆ ਗਿਆ, ਲੜਕੀਆਂ ਜਵਾਨ ਲੜਕੀਆਂ ਜਿੱਦਾਂ 22-22 ਸਾਲ 24-24 ਸਾਲ ਦੀ ਲੜਕੀਆਂ ਸਭ ਕੋਲ ਆਈਆਂ, ਉੱਥੇ ਦੱਸਿਆ ਉਹਨਾਂ ਨੇ ਕਿ ਪੁੱਛਿਆ ਬੇਟੇ ਸ਼ਾਦੀ 'ਤੇ, ਉਹ ਕਹਿੰਦੇ ਅੰਕਲ ਸਭ ਨੂੰ ਖਾਣ ਨੂੰ ਇੱਥੇ 2 ਟਾਈਮ ਦਾ ਖਾਣਾ ਨਹੀਂ ਹੈ, ਅਤੇ ਅਸੀਂ ਸ਼ਾਦੀਆਂ ਬਾਰੇ ਸੋਚ ਵੀ ਨਹੀਂ ਸਕਦੇ। ਸੋ ਜਿਸ ਤਰ੍ਹਾਂ ਅਸੀਂ ਪੰਜਾਬ ਦੇ ਵਿੱਚ ਹੁਣ ਤੱਕ ਸਾਡੀ ਸੰਸਥਾ ਨੇ 19,000 ਸ਼ਾਦੀਆਂ ਅਸੀਂ ਕਰਾ ਚੁੱਕੇ ਹਾਂ ਆਲਰੇਡੀ। ਇੱਥੇ ਫਿਰ ਡਿਸਾਈਡ ਕੀਤਾ ਕਿ ਇੱਥੇ ਹੁਣ ਦੇਖ ਅਕਤੂਬਰ 'ਚ ਅਸੀਂ ਪਹਿਲੀਆਂ ਸ਼ਾਦੀਆਂ ਕਰ ਰਹੇ ਹਾਂ, ਮਾਸ ਮੈਰਿਜਸ। ਗੁਰਦੇਵ ਸਿੰਘ ਜੀ ਨੇ ਦੱਸ ਰਹੇ ਸੀ ਕਿ ਤਕਰੀਬਨ 60 ਜੋੜੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੇ ਆਪਣੇ ਰਿਸ਼ਤੇ ਲੱਭੇ ਹੋਏ ਨੇ, ਉਹ ਤਿਆਰ ਹੋ ਚੁੱਕੇ ਨੇ। ਸੋ ਅਸੀਂ ਅਕਤੂਬਰ ਮਹੀਨੇ ਤੋਂ 20-20 ਜੋੜਿਆਂ ਦੇ ਜਿਹੜੇ ਮਾਸ ਮੈਰਿਜਸ ਆ, ਇਹਨਾਂ ਵਿੱਚ ਮੁਸਲਿਮ ਵੀ ਹੈ ਆਪਣੇ ਜਿਨ੍ਹਾਂ ਦੇ ਨਿਕਾਹ ਪੜ੍ਹਾਏ ਜਾਣਗੇ, ਹਿੰਦੂਆਂ ਦੇ ਹਿੰਦੂ ਧਰਮ ਨਾਲ ਸਾਰਾ ਦੇ ਆਪਣਾ ਨਵਾਂ ਫਿਰ ਕਰਵਾਉਣਗੇ ਸਾਰੇ, ਇਸ ਤਰ੍ਹਾਂ ਸਾਰੇ ਕੀਤੇ ਜਾਣਗੇ। ਸੋ ਇਸ ਤਰ੍ਹਾਂ ਦੇ ਕਾਫੀ ਜਿਹੜੇ ਸਾਡੇ ਪ੍ਰੋਜੈਕਟ ਨੇ ਜਿਹੜੇ ਅਸੀਂ ਅੱਗੇ ਪੰਜਾਬ 'ਚ ਕਰ ਰਹੇ ਸੀ, ਅਸੀਂ ਇੱਥੇ ਉਤਰਾਂਗੇ। ਇਸ ਮੀਟਿੰਗ ਵਿੱਚ 1-2 ਗੱਲਾਂ ਜਿਹੜੀਆਂ ਨੇ ਉਹ ਖਾਸ ਤੌਰ 'ਤੇ ਡਿਸਕਸ ਹੋਈਆਂ ਔਰ ਉਹਨਾਂ ਬਾਰੇ ਕੁਝ ਸਾਡੀ ਰਾਏ ਬਣੀ ਹੈ। ਮੈਂ ਜਿਹੜੀ ਗੱਲ ਕਹਾਂਗਾ ਉਸ ਨੂੰ ਜ਼ਰੂਰ ਧਿਆਨ ਨਾਲ ਸੁਣਨਾ, ਕਿਉਂਕਿ ਕੱਲ੍ਹ ਨੂੰ ਅਸੀਂ ਖਰੇ ਨਾ ਉਤਰੀਏ ਤਾਂ ਦੋਸ਼ੀ ਨਾ ਗਰਦਾਨੇ ਜਾਈਏ। ਤਾਂ ਇਸ ਵਾਸਤੇ ਮੈਂ ਬੜੇ ਸਾਫ਼ ਸ਼ਬਦਾਂ ਵਿੱਚ ਤੁਹਾਡੇ ਨਾਲ ਗੱਲ ਕਰ ਰਿਹਾ। ਇਸ ਮੀਟਿੰਗ ਵਿੱਚ ਅਸੀਂ ਲੋਕਾਂ ਨੇ ਇਹ ਰਾਏ ਬਣਾਈ ਹੈ ਕਿ ਇੱਕ ਇੰਸਟੀਟਿਊਸ਼ਨ ਜਿਹੜੀ ਹੈ ਉਹ ਸ੍ਰੀਨਗਰ ਵਿੱਚ ਸਥਾਪਿਤ ਹੋਣੀ ਚਾਹੀਦੀ ਹੈ। ਜ਼ਮੀਨ ਜਿਹੜੀ ਹੈ ਉਹ ਸ੍ਰੀਨਗਰ ਵਾਲੇ ਜਿਹੜੇ ਸਾਡੇ ਸਾਥੀ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ ਹੈ ਉਹ ਉਹਨਾਂ ਕੋਲ ਮੌਜੂਦ ਹੈ, ਜ਼ਮੀਨ ਜਿਹੜੀ ਹੈ ਉਹ ਦੇਣਗੇ ਔਰ ਉਸ ਉੱਤੇ ਜਿਹੜੀ ਸਥਾਪਨਾ ਹੈ ਇੰਸਟੀਟਿਊਸ਼ਨ ਦੀ, ਗਰਲਸ ਕਾਲਜ ਦੀ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਾਏ ਜਾਣ ਦੀ ਅਸੀਂ ਲੋਕ ਜਾ ਕੇ ਐਸੀ ਕੋਸ਼ਿਸ਼ ਕਰਾਂਗੇ। ਇਸ ਮੌਕੇ ਟਰੱਸਟ ਵੱਲੋਂ ਗੁਰਦੁਆਰਾ ਤਪਿਆਣਾ ਸਾਹਿਬ ਸ਼ਾਲਕੋਟ ਬਾਰਾਮੁੱਲਾ ਵਿਖੇ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਲਗਵਾਇਆ ਗਿਆ। ਡਾਕਟਰ ਜਸਪਾਲ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੈਂਪ ਦਾ ਉਦਘਾਟਨ ਕਰਦਿਆਂ ਸਰਦਾਰ ਓਬਰਾਏ ਦੇ ਸਮਾਜ ਸੇਵੀ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਉਹ ਦੇਸ਼ ਦੇ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਡਾਕਟਰੀ ਅਤੇ ਹੋਰ ਸਹੂਲਤਾਂ ਮੁਫ਼ਤ ਪ੍ਰਦਾਨ ਕਰ ਰਹੇ ਨੇ। ਉਹਨਾਂ ਇਹ ਵੀ ਦੱਸਿਆ ਕਿ ਟਰੱਸਟ ਦੇ ਵੱਲੋਂ ਗਰੀਬਾਂ ਨੂੰ ਮੁਫ਼ਤ ਰਾਸ਼ਨ ਅਤੇ ਲੋੜਵੰਦ ਇਸਤਰੀਆਂ ਨੂੰ ਪੈਨਸ਼ਨ ਵੀ ਲਗਾਈ ਜਾ ਰਹੀ ਹੈ।
ट्रस्ट के मैनेजिंग ट्रस्टी सरदार एस पी सिंह ओबराय ने दसिया कि वादी के विच तीजा अखां का कैंप लगाया गया। हुण तक लगे पहले दो कैंपां अते इस कैंप दे विच 1300 तो वध मरीजां दीआं अखां चैक कीतीआं गईआं, 630 नूं मुफ्त ऐणकां लगाईआं गईआं अते हुण तक पहले दो कैंपां दे विच 21 ओपरेशन कीते गए सन अते इस कैंप विच डॉक्टरां दी सलाह उत्ते 35 मरीजां दे अखां दे ओपरेशन कीते जाणगे। ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਇਹ ਓਪਰੇਸ਼ਨ ਅਕਤੂਬਰ ਦੇ ਵਿੱਚ ਸ਼੍ਰੀਨਗਰ ਵਿਖੇ ਕੀਤੇ ਜਾਣਗੇ। ਉਹਨਾਂ ਅੱਗੇ ਦੱਸਿਆ ਕਿ ਅਜਿਹੇ 3 ਹੋਰ ਕੈਂਪ ਛੇਤੀ ਹੀ ਜੰਮੂ ਕਸ਼ਮੀਰ ਵਿੱਚ ਵੀ ਲਗਾਏ ਜਾ ਰਹੇ ਨੇ। ਉਹਨਾਂ ਨੇ ਇਹ ਵੀ ਦੱਸਿਆ ਕਿ ਬਹੁਤ ਹੀ ਛੇਤੀ 100 ਲੜਕੀਆਂ ਦੀਆਂ ਸ਼ਾਦੀਆਂ ਟਰੱਸਟ ਦੇ ਵੱਲੋਂ ਕਰਵਾਈਆਂ ਜਾ ਰਹੀਆਂ ਨੇ। ਪਹਿਲੀ ਗੱਲ ਤਾਂ ਮੈਂ ਕਸ਼ਮੀਰ ਆ ਕੇ ਔਰ ਇਸ ਇਲਾਕੇ 'ਚ ਬਾਰਾਮੂਲਾ ਸਿਆਲਕੋਟ ਇਲਾਕੇ 'ਚ ਆ ਕੇ ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ ਔਰ ਜੋ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਸਿੱਖੀ ਦੇਖ ਕੇ ਔਰ ਸਿੱਖੀ ਦੀ ਪ੍ਰਫੁੱਲਤਾ ਦੇਖ ਕੇ ਔਰ ਜਿਸ ਤਰ੍ਹਾਂ ਇਹ ਲੋਕ ਆਪਣੀ ਇਤਿਹਾਸ ਨਾਲ ਵਿਰਾਸਤ ਨਾਲ ਜੁੜੇ ਨੇ ਉਹ ਦੇਖ ਕੇ ਮਨ ਵਿੱਚ ਔਰ ਬੜੇ ਔਡ ਹਾਲਾਤ ਵਿੱਚ ਕਈ ਵਾਰੀ ਇੱਦਾਂ ਲੱਗਦਾ ਕਿ ਵੀ ਹਾਲਾਤ ਹੋਰ ਤਰ੍ਹਾਂ ਦੇ ਪਰ ਫਿਰ ਵੀ ਮੈਂ ਇਹਨਾਂ 'ਤੇ ਬਲਿਹਾਰ ਜਾਂਦਾ ਇਹਨਾਂ ਦੀ ਪ੍ਰਸ਼ੰਸਾ ਕਰਦਾ ਜੋ ਸਿੱਖੀ ਪ੍ਰਤੀ ਇਹਨਾਂ ਦੀ ਕਮਿਟਮੈਂਟ ਹੈ ਕਸ਼ਮੀਰ ਦੇ ਸਿੱਖਾਂ ਦੀ ਖਾਸ ਤੌਰ 'ਤੇ। ਜਿਹੜਾ ਚੌਥਾ ਕੈਂਪ ਜਿਹੜਾ ਅਸੀਂ ਇੱਥੇ ਗੁਰਦੁਆਰਾ ਸਾਹਿਬ 'ਚ ਲਗਾਇਆ ਹੈਗਾ ਅੱਜ ਵੀ ਤਕਰੀਬਨ ਤੁਸੀਂ ਦੇਖ ਰਹੇ ਹੋ ਕੋਈ 500 ਜਿਹੜਾ ਪੇਸ਼ੈਂਟ ਹੈ ਇਹਨੂੰ ਦੇਖਿਆ ਜਾਏਗਾ। ਹੁਣ ਤੱਕ 300 ਪੇਸ਼ੈਂਟ ਦੇਖੇ ਗਏ ਨੇ ਅਤੇ ਇਹਨਾਂ 'ਚੋਂ 20 ਪੇਸ਼ੈਂਟ ਇਹੋ ਜਿਹੇ ਆਏ ਨੇ ਜਿਨ੍ਹਾਂ ਦੇ ਮੋਤੀਆਂ ਦੇ ਓਪਰੇਸ਼ਨ ਹੋਣੇ ਨੇ, ਬਾਅਦ 'ਚ ਅਸੀਂ ਲੰਜ ਪਾ ਕੇ ਦੇਵਾਂਗੇ। 100 ਐਨਕ ਲੱਗ ਚੁੱਕੀ ਹੈ ਲੇਕਿਨ ਇਹ ਜਿਹੜੇ ਓਪਰੇਸ਼ਨ ਹੈ ਚਾਹੇ ਉਹ ਮੈਡੀਸਨ ਹੈ ਚਾਹੇ ਉਹ ਐਨਕਾਂ ਲਗਾ ਰਹੇ ਹੈ ਚਾਹੇ ਨਜ਼ਰ ਦੀਆਂ ਨੇ ਚਾਹੇ ਕਾਲੀਆਂ ਐਨਕਾਂ ਲੱਗਣੀਆਂ ਬਾਅਦ 'ਚ ਚਾਹੇ ਓਪਰੇਸ਼ਨ ਲੈਂਸ ਪਾਏ ਇਹ ਟੋਟਲੀ 100% ਫਰੀ ਕੀਤੇ ਜਾ ਰਹੇ ਆ। ਔਰ ਇਸੇ ਲਈ ਅਸੀਂ ਜਿਹੜਾ ਇਸ ਏਰੀਏ ਦੀ ਜਿਹੜੀ ਜ਼ਰੂਰਤ ਹੈ ਇਹਨੂੰ ਮੁੱਖ ਨਜ਼ਰ ਰੱਖਦੇ ਹੋਏ ਹਾਂ। ਇਸ ਸਾਲ ਅਸੀਂ ਜਿਹੜਾ ਸਾਡਾ ਬਜਟ ਹੈਗਾ 300 ਓਪਰੇਸ਼ਨ ਅਸੀਂ ਇੱਥੇ ਕਰਨੇ ਨੇ ਅੱਖਾਂ ਦੇ। ਸੋ ਟੋਟਲ ਜਿਹੜੇ 20 ਕੈਂਪ ਲੱਗਣਗੇ, 20 ਕੈਂਪਾਂ ਵਿੱਚ ਟੋਟਲ ਦੇਖਿਆ ਜਾਏ ਤਾਂ ਤਕਰੀਬਨ ਇੱਕ ਕੈਂਪ 'ਚ ਅਸੀਂ ਅਗਰ 600 ਵੀ ਲੈਂਦੇ ਹਾਂ ਅਤੇ ਤਕਰੀਬਨ 12,000 ਜਿਹੜਾ ਪੇਸ਼ੈਂਟ ਹੈ ਉਹਨੂੰ ਦੇਖਿਆ ਜਾਏਗਾ। ਔਰ ਉਹਨਾਂ 'ਚੋਂ ਜਿਹੜੀ ਮੇਨ ਸਾਨੂੰ ਇੱਥੇ ਆ ਰਹੀ ਹੈ ਕਿ 70% ਜਿਹੜੇ ਪੇਸ਼ੈਂਟ ਆ ਉਹਨਾਂ ਨੂੰ ਐਨਕਾਂ ਲੱਗ ਰਹੀਆਂ ਨਜ਼ਰ ਦੀਆਂ ਔਰ ਅਸੀਂ ਜਿੰਨੀਆਂ ਵੀ ਲੱਗਣਗੀਆਂ ਐਨਕਾਂ 70% ਹਿਸਾਬ ਨਾਲ ਜਿੰਨੀਆਂ ਹੋਣਗੀਆਂ ਉਹ ਸਾਰੀ ਐਨਕ 8-9,000 ਐਨਕ ਬਣਨੀ ਉਹ ਸਾਰੀ ਅਸੀਂ ਟੋਟਲ ਫ੍ਰੀ ਦੇਵਾਂਗੇ। ਔਰ ਨਾਲ ਦੀ ਨਾਲ ਅਸੀਂ ਇੱਕ ਹੋਰ ਉਪਰਾਲਾ ਜਿਹੜਾ ਕਰ ਰਹੇ ਹਾਂ ਕਿ ਜਿੱਥੇ ਅਸੀਂ ਅੱਖਾਂ ਦੇ ਕੈਂਪ ਲਗਾ ਰਹੇ ਹਾਂ ਉੱਥੇ ਅਸੀਂ ਹੁਣ ENT ਦਾ ਐਂਡ ਡੈਂਟਲ ਇਹ ਜਿਹੜੇ ਕੈਂਪ ਆ ਅਸੀਂ ਅਗਲੇ ਮਹੀਨੇ ਤੋਂ ਉਹ ਵੀ ਕੈਂਪ ਸ਼ੁਰੂ ਕਰ ਰਹੇ ਹਾਂ। ਔਰ ਜਿਸ ਤਰ੍ਹਾਂ ਹੁਣ 3-4 ਕੈਂਪ ਲੱਗਣਗੇ, ਜਿਸ ਤਰ੍ਹਾਂ ਅੱਜ 20 ਪੇਸ਼ੈਂਟ ਮਿਲੇ ਨੇ ਜਾਂ 25 ਪੇਸ਼ੈਂਟ ਮਿਲਣਗੇ, ਜਦੋਂ ਇਹ 60-70 ਪੇਸ਼ੈਂਟ ਹੋ ਜਾਣਗੇ ਓਪਰੇਸ਼ਨ ਵਾਲੇ, ਹੁਣ ਅਸੀਂ ਇਹਨਾਂ ਨੂੰ ਡੇਟ ਦੇ ਰਹੇ ਹਾਂ ਅਕਤੂਬਰ ਦੀ। ਸੋ ਅਕਤੂਬਰ ਦੇ ਦੂਜੇ ਜਾਂ ਤੀਜੇ ਹਫ਼ਤੇ 'ਚ ਇੱਥੇ ਆ ਕੇ ਸਾਡੀ ਟੀਮ ਜਿੱਦਾਂ ਡਾਕਟਰ ਮਨਪ੍ਰੀਤ ਸਿੰਘ ਜੀ ਆਏ ਨੇ, ਹੋਰ ਡਾਕਟਰ ਸਾਡੇ ਬਠਿੰਡੇ ਤੋਂ ਆਉਂਦੇ ਨੇ, ਜਲੰਧਰ ਤੋਂ ਆਉਂਦੇ, ਸਾਡੀ ਪੂਰੀ ਟੀਮ ਆ ਕੇ ਇੱਥੇ ਅਕਤੂਬਰ ਵਿੱਚ ਅਸੀਂ 70-80 ਜਾਂ 100 ਜਿੰਨਾ ਓਪਰੇਸ਼ਨ ਹੋਏਗਾ ਸਾਰਿਆਂ ਦਾ ਅਸੀਂ ਲੈਂਦੇ ਹਾਂ। I think this is the most peripheral space as well jehdi ki assi hun tak visit kiti hai and with no health facilities at all, so I think the turnover here is tremendous. Hun tak assi 300 mareejan da check up kar chuke hain jinna nu free medicine distribute kar dittiyan gaiyan ne, plus 100 plus patients nu free specs dittiyan gaiyan ne, and patients jehde chitte motiya di surgery waste register hoye ne oh almost 20 already ho chuke ne, te I think haje vi almost 300 di patients di OPD ਹਜੇ ਚੈੱਕਅਪ ਲਈ ਬਾਹਰ ਬੈਠੀ ਹੋਈ। ਸਰਦਾਰ ਐਸ ਪੀ ਸਿੰਘ ਓਬਰਾਏ ਨੇ ਬਡਰਾਮ ਵਿਖੇ ਯੁਵਕਾਂ ਲਈ ਸਵੈ ਰੋਜ਼ਗਾਰ ਯੋਜਨਾ ਦੇ ਤਹਿਤ 5ਵੇਂ ਕੰਪਿਊਟਰ ਸੈਂਟਰ ਦਾ ਉਦਘਾਟਨ ਵੀ ਕੀਤਾ। 4 ਸੈਂਟਰ ਪਹਿਲਾਂ ਹੀ ਟਰੱਸਟ ਵੱਲੋਂ ਵਾਦੀ ਦੇ ਵਿੱਚ ਚਲਾਏ ਜਾ ਰਹੇ ਨੇ। ਇਸੇ ਸਕੀਮ ਤਹਿਤ ਲੜਕੀਆਂ ਨੂੰ ਵੀ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਲਈ ਸਿਲਾਈ ਕਢਾਈ ਦੀ ਟ੍ਰੇਨਿੰਗ ਦੇਣ ਵਾਸਤੇ 4 ਸਿਲਾਈ ਕਢਾਈ ਸੈਂਟਰ ਟਰੱਸਟ ਵੱਲੋਂ ਖੋਲ੍ਹੇ ਹੋਏ ਨੇ, ਜਿੱਥੇ ਲੜਕੀਆਂ ਸਿਲਾਈ ਦਾ ਕੰਮ ਸਿੱਖ ਕੇ ਆਪਣੀ ਰੋਜ਼ੀ ਰੋਟੀ ਕਮਾ ਰਹੀਆਂ ਨੇ। ਔਰ ਮੁਝੇ ਲਗਤਾ ਹੈ ਕਿ ਅਗਲੇ ਮਹੀਨੇ ਸਭ ਜਾਣਤੇ ਹੋਗੇ ਕਿ ਯਹਾਂ ਕੰਪਿਊਟਰ ਚੱਲ ਰਹਾ ਹੈ ਔਰ ਸਾਰੇ ਗਰੀਬ ਯਹਾਂ ਆਏਗੇ ਕੰਪਿਊਟਰ ਸੈਂਟਰ ਕੀ ਟ੍ਰੇਨਿੰਗ ਕਰਨੇ ਕੇ ਲਿਏ, ਕੰਪਿਊਟਰ ਕੀ ਟ੍ਰੇਨਿੰਗ ਕਰਨੇ ਕੇ ਲਿਏ। ਔਰ ਇਹ ਚਾਵਲ ਸਿਰਫ ਗਰੀਬੋਂ ਮੇਂ ਬਾਂਟਨੇ ਹੈ, ਲਾਈਨ ਲਗੀ ਹੈ ਉਨਕੇ ਲੀਏ, ਇਸਮੇਂ ਕੋਈ ਸਿਆਸੀ ਨਹੀਂ ਹੈ, ਨਾ ਇਹ ਕਿਸੀ ਪਾਰਟੀ ਕਾ ਹੈ, ਸਿਰਫ ਸਰਬੱਤ ਦਾ ਬਲਾ ਟਰੱਸਟ ਕਾ ਹੈ। ਇਸਮੇਂ ਹਮ ਓਬਰਾਏ ਸਾਹਿਬ ਕਾ, ਬਲਦੇਵ ਸਾਹਿਬ ਕਾ ਔਰ ਜਿਤਨੇ ਮੈਂਬਰ ਹੈ ਉਨਕਾ ਸ਼ੁਕਰੀਆ ਕਰਤੇ ਹੈ। ਮੈਂ ਵੀ ਇਸ ਸੇ ਜੁੜਾ ਹੂੰ ਥੋੜ੍ਹਾ ਬਹੁਤ, ਤੋ ਮੈਂ ਮੇਰੇ ਇਲਾਕੇ ਮੈਂ ਆਜ ਉਹਨੇ ਆ ਕੇ ਇਹ ਖਿਦਮਤ ਕੀ ਹੈ, ਇਸ ਖਿਦਮਤ ਕੋ ਹਮ ਕੰਟੀਨਿਊ ਯਾਦ ਰੱਖੇਂਗੇ ਔਰ ਕੋਸ਼ਿਸ਼ ਕਰੇਂਗੇ ਜਹਾਂ ਜਹਾਂ ਇਹ ਗਰੀਬ ਲੋਕ ਹੋ ਉਨ ਤੱਕ ਇਹ ਮਦਦ ਪਹੁੰਚਾਏ। ਆਜ ਮੈਨੇ ਯਹਾਂ ਪੇ ਕੈਂਪ ਦੇਖਾ ਤੋ ਕੈਂਪ ਮੈਂ ਬੜੀ ਹਸਤੀ ਆਈ ਹੈ, ਜਿਨਕਾ ਨਾਮ ਓਬਰਾਏ ਸਾਹਿਬ ਹੈ ਔਰ ਬਲਦੇਵ ਸਾਹਿਬ ਹੈ ਔਰ ਬਹੁਤ ਸਾਰੇ ਮੈਂਬਰਸ ਆਏ ਉਨਕੇ, ਹਮ ਉਨਕੇ ਬਹੁਤ ਸ਼ੁਕਰਗੁਜ਼ਾਰ ਹੈ ਕਿ ਉਹਨੇ ਹਮਾਰੀ ਯਹਾਂ ਗਾਂਵ ਮੈਂ ਜਿਤਨੇ ਵੀ ਗਰੀਬ ਲੋਕ ਹੈ, ਗਾਂਵ ਮੈਂ ਨਹੀਂ ਬਲਕਿ ਇਸ ਇਲਾਕੇ ਪੂਰੇ ਇਲਾਕੇ ਮੈਂ ਜੋ ਕਿ 10-12 ਗਾਂਵ ਪਰ ਮੁਸ਼ਤਮਲ ਹੈ, ਤੋ ਇਨਮੇ ਚਾਵਲ ਬਾਂਟਾ ਔਰ ਯਹਾਂ ਪੇ ਇੱਕ ਕੰਪਿਊਟਰ ਸੈਂਟਰ ਖੋਲ੍ਹਾ ਔਰ ਬਹੁਤ ਸਾਰੇ ਵਾਅਦੇ ਵੀ ਕੀਏ ਹੈ ਜਿਨਮੇ ਬਤਾਇਆ ਥਾ ਕਿ ਇਸੀ ਮਹੀਨੇ ਮੈਂ ਸਿਲਾਈ ਸੈਂਟਰ ਵੀ ਹੋਗਾ ਇਨਸ਼ਾਅੱਲਾ। ਮੁਝੇ ਉਮੀਦ ਹੈ ਕਿ ਇਸਕੀ ਹੈਲਪ ਸੇ ਔਰ ਇਸੇ ਬਹੁਤ ਬੜੀ ਆਸਾਨੀ ਹੋ ਜਾਏਗੀ। ਸਰਬੱਤ ਦਾ ਭਲਾ ਜੰਮੂ ਕਸ਼ਮੀਰ ਸ਼ਾਖਾ ਦੀ ਸਰਪ੍ਰਸਤੀ ਹੇਠ ਅੱਖਾਂ ਦੇ ਕੈਂਪ ਅਤੇ ਹੋਰ ਸਮਾਗਮਾਂ ਬਾਰੇ ਬੜਾ ਸ਼ਾਨਦਾਰ ਪ੍ਰਬੰਧ ਕੀਤਾ ਗਿਆ।
इस मौके सरदार बलदेव सिंह, सरदार हरजीत सिंह, सरदार सुखचैन सिंह, सरदार इकबाल सिंह, डॉक्टर अमरजीत सिंह, प्रोफेसर हिम्मत सिंह, सरदार मनमीत सिंह, सरदार गुरजीत सिंह, सरदार कुलबीर सिंह बादल, मुहम्मद फारूक अहमद, मुहम्मद अलताफ, प्रोफेसर जगदीश कौर अते डॉक्टर प्रबलीन सिंह भी मौजूद सन। इलाके दियां औरतां, बेरोजगार नौजवान, बच्चे बच्चियां ने सरदार ओबराए का धन्नवाद किया ते उन्हां दी लंबी उम्र की कामना की ते समाज भलाई के कारज होर जोश ते तनदेही नाल करन लई ताकत देन लई परमात्मा अगे अरदास भी की। इस मौके से सरदार वरिंदर सिंह वालिया एडिटर पंजाबी ट्रिब्यून चंडीगढ़, सरदार हरप्रीत सिंह दर्दी एडिटर चढ़दी कला टाइम टीवी, सरदार सुरिंदर सिंह सीनियर मीत प्रधान जिला पटियाला अते सरदार हरविंदर सिंह कुकू भी खास तौर पर मौजूद सन। जी उधर बीते दिन बठिंडा विखे